अपनी कार एसी हीटर कोई भी काम नहीं मिलू एक भी रुपए का। हाँ जी दोस्तों सत श्रीकाल जी, की हाल चाल, उम्मीद है सारे ठीक होवोंगे। अज आप खड़े लोहा खेड़ा पिंड संगरूर जिले का यह पिंड हैगा। आप पिछले दिन भी बाई होर वीडियो करी सी, ठीक है जी, बहुत वधिया रिस्पोंस दिता। बाकी बाई होर के मूँह ही जाणांगे ते किदां रिस्पोंस रहा। सत श्रीकाल वीर, ठीक ठाक हो? सत श्रीकाल। हाँ जी भाई, ठीक ठाक। आप ठीक ठाक हो जी? इसे तो कायम ने जी, इसे तो कायम ने। स्वागत है वीर साडे चैनल उपर, थोड़ा दूजी बार जी। थोड़ा बहुत धन्यवाद जी। ਪਹਿਲਾਂ ਕਿਵੇਂ ਰਿਸਪੌਂਸ ਰਿਹਾ ਸਾਨੂੰ? ਆਇਆ ਬਹੁਤ ਸਿਰਦਾਰ ਰਿਸਪੌਂਸ ਰਿਹਾ ਜੀ, ਵਧੀਆ ਰਿਹਾ ਜੀ। ਹਾਂਜੀ, ਕਾਰਾਂ ਭੱਜੀਆਂ ਤੁਰੀਆਂ ਜਾਂਦੀਆਂ ਨੇ ਜੀ। ਠੀਕ ਹੈ ਜੀ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਠੀਕ ਹੈ ਜੀ। ਤੇ ਬਾਕੀ ਕੋਈ ਕਿਸੇ ਬੰਦੇ ਨੇ ਐਂ ਤਾਂ ਨਹੀਂ ਕਿਹਾ ਵੀ ਕਾਰ ਨੂੰ ਬਈ ਦਿੱਕਤ ਹੈ ਕੋਈ ਕੁਛ? ਨਾ, ਕੋਈ ਪ੍ਰੋਬਲਮ, ਕੋਈ ਦਿੱਕਤ ਨਹੀਂ ਜੀ। ਠੀਕ ਹੈ। ਸਾਰੇ ਸੰਬੰਧੀ ਹੋਰ ਕਾਰਾਂ ਮੰਗਦੇ ਨੇ ਜੀ, ਇੱਕ ਦੋ ਹੋਰ ਲੈ ਕੇ ਗਏ ਨੇ ਦਵਾ ਕੇ ਜੀ। ਓਕੇ ਜੀ। ਉਦੋਂ ਬਾਅਦ ਐਂ ਮੰਨ ਕੇ ਚੱਲੋ ਵੀ 7-8 ਗੱਡੀਆਂ ਹੋਰ ਦਵਾ ਕੇ ਲੈ ਗਏ ਮੁੰਡੇ। ਠੀਕ ਹੈ ਜੀ। ਹਾਂਜੀ, ਇੱਕ ਵੀਡੀਓ ਤੋਂ, ਇੱਕ ਵੀਡੀਓ ਆਪਾਂ ਕਾਰਾਂ ਦਿਖਾਈਆਂ ਸੀ 5 ਨਾ, ਕਾਰਾਂ ਦਿਖਾਈਆਂ ਸੀ 5 ਜੀ, 5 ਹੋ ਗਈਆਂ, 5 ਹੋਰ ਗਈਆਂ। ਅੱਛਾ, 5 ਕਾਰਾਂ ਸੀ ਤੇ ਵੇਚ ਦੱਸ ਦਿੱਤੀਆਂ ਬਾਈ ਨੇ ਇੱਕ ਵੀਡੀਓ ਦਾ। ਠੀਕ ਹੈ ਜੀ। ਤੇ ਬਾਕੀ ਕੋਈ ਇਦਾਂ ਦਾ ਮਿੱਤਰ ਕੋਈ ਹੋਰ ਵੀ ਹੈ? ਠੀਕ ਹੈ ਜੀ, ਕੋਈ ਜਿਵੇਂ ਹੁੰਦਾ ਬਾਈ ਜੀ ਵੀ ਕੋਈ ਪਿੰਡ 'ਚ ਆ, ਠੀਕ ਹੈ ਜੀ, ਬੰਦਾ ਕੋਈ ਵੀ ਮਿੱਤਰ ਕੋਈ ਕੰਮ ਕਰਦਾ ਹੁੰਦਾ ਤੇ ਕਾਰਾਂ ਹੋਣ, ਵਧੀਆ ਵਧੀਆ ਕਾਰਾਂ ਹੋਣ, ਕਾਗਜ਼ ਪੱਤਰਾਂ ਦੀ ਵਧੀਆ ਹੋਣ, ਤੇ ਤੁਹਾਡੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਡਿਸਕ੍ਰਿਪਸ਼ਨ 'ਚ ਨੰਬਰ ਹੋਊਗਾ, ਆਪਾਂ ਵੀਡੀਓ ਕਰਾਂਗੇ, ਠੀਕ ਹੈ ਜੀ, ਤੇ ਤੁਹਾਡੇ ਤੱਕ ਰਿਸਪੌਂਸ ਆਊਗਾ। ਤੇ ਬਾਈ ਜੀ ਹੁਣ ਇੱਕ ਵਾਰ ਫੇਰ ਆਪਾਂ, ਕਿਉਂਕਿ ਕਈ ਵਾਰ ਐਨ ਉਸ ਤੋਂ ਬਾਅਦ ਨਵੇਂ ਮਿੱਤਰ ਬਹੁਤ ਜੁੜ ਗਏ। ਹਾਂਜੀ, ਠੀਕ ਹੈ ਜੀ, ਆਪਾਂ ਗੱਲਬਾਤ ਕਰੀਏ ਕਾਗਜ਼ਾਂ ਪੱਤਰਾਂ ਦੀ, ਐਕਸੀਡੈਂਟਲ ਦੀ ਫੁੱਲ ਗਰੰਟੀ ਰਹੂਗੀ? ਕਾਗਜ਼ਾਂ ਪੱਤਰਾਂ ਦੀ ਫੁੱਲ ਗਰੰਟੀ ਹੈ ਜੀ, ਗੱਡੀ ਦੀ ਫੁੱਲ ਗਰੰਟੀ ਹੈ ਜੀ। ਓਕੇ ਜੀ। ਕੋਈ ਗੱਡੀ ਦੇ ਵਿੱਚ ਲਾਂਭਾ ਨਹੀਂ ਹੋਊਗਾ, ਮਤਲਬ ਜਿਹੜਾ ਕਿਹਾ ਜਾਊਗਾ ਉਹੀ ਰਹੂਗਾ, ਜਿਹੜਾ ਕਹਾਂਗੇ ਜੀ ਵੀਡੀਓ ਦੇ ਵਿੱਚ ਉਹੀ ਮਿਲੂਗਾ ਜੀ। ਠੀਕ ਹੈ ਜੀ। ਹਾਂ, ਦੂਸਰੀ ਕੋਈ ਗੱਲ ਨਹੀਂ ਮਿਲੂਗੀ। ਓਕੇ ਵੀਰੇ। ਤੇ ਬਾਈ ਜੀ ਅੱਜ ਆਪਣੇ ਲਈ 4 ਕਾਰਾਂ ਨੇ ਜੀ। 4 ਕਾਰਾਂ ਨੇ ਜੀ। ਠੀਕ ਹੈ ਜੀ। ਲੋ ਜੀ ਦੋਸਤੋ, ਨੀਚੇ ਨੰਬਰ ਚੱਲ ਰਹੇ ਨੇ, ਤੁਸੀਂ ਕੰਟੈਕਟ ਕਰ ਸਕਦੇ ਹੋ ਵੀਰੇ ਨਾਲ, ਤੇ ਤੁਹਾਨੂੰ ਦਿਖਾਵਾਂਗੇ ਰੀਜਨੇਬਲ ਰੇਟਾਂ ਦੇ ਵਿੱਚ ਘੈਂਟ ਕਾਰਾਂ। ਠੀਕ ਹੈ ਜੀ। ਪਹਿਲੀ ਕਾਰ ਦੀ ਵੀਰੇ ਗੱਲਬਾਤ ਕਰੀਏ, ਸਵਿਫਟ ਕਾਰ ਹੈ ਜੀ ਆਪਣੇ ਲਵੇ। ਸਵਿਫਟ ਕਾਰ ਹੈ ਜੀ, 2007 ਮਾਡਲ ਹੈ ਜੀ। ਠੀਕ ਹੈ ਜੀ। LXi ਮਾਡਲ ਹੈ ਜੀ। LXi। ਹਾਂਜੀ। ਕਿਵੇਂ ਇਹਦੇ ਵਿੱਚ ਪਾਵਰ ਵਿੰਡੋ ਵਗੈਰਾ ਹੁੰਦੀ? ਨਾ, ਪਾਵਰ ਵਿੰਡੋ ਨਹੀਂ ਹੈਗੀ ਜੀ। ਠੀਕ ਹੈ ਜੀ। ਪਾਵਰ ਵਿੰਡੋ ਨਹੀਂ, ਕੋਈ LXi ਹੈ ਜੀ, ਪੈਟਰੋਲ ਦੀ ਕਾਰ ਹੈ। ਕਈ ਮਿੱਤਰਾਂ ਨੂੰ ਪਤਾ ਨਹੀਂ ਨਾ ਹੁੰਦਾ, ਤਾਂ ਕਰਕੇ ਆਪਾਂ ਪੁੱਛ ਲਈਏ। ਹਾਂਜੀ। ਤੇ ਦੇਖੋ ਪੈਟਰੋਲ ਦੀ ਕਾਰ ਹੈਗੀ, ਤੇ ਬਾਕੀ ਟਾਇਰ ਟੱਪਾ ਦੇਖ ਰਿਹਾ ਆਪਾਂ, ਵਧੀਆ ਪਿਆ ਕਿਸੇ ਪਾਸੋਂ ਵੀ। 60-70 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ। ਠੀਕ ਹੈ। ਸ਼ੀਸ਼ੇ ਵਗੈਰਾ ਨਾਲ ਦੇ ਨੇ? ਸ਼ੀਸ਼ੇ ਨਾਲ ਦੇ ਨੇ ਜੀ, ਕੋਈ ਐਕਸੀਡੈਂਟ ਨਹੀਂ। ਠੀਕ ਹੈ ਜੀ। ਹਾਂ, ਬਾਕੀ ਚਲਾਵਾ ਵਧੀਆ ਪੂਰਾ? ਪੂਰਾ ਚਲਾਵਾ ਘੈਂਟ ਹੈ ਜੀ, ਜਮਾਂ ਸਾਫ਼ ਸੁਥਰੀ ਕਾਰ ਹੈਗੀ। ਠੀਕ ਹੈ ਜੀ। ਲਓ ਜੀ ਇੱਕ ਵਾਰ ਆਪਾਂ ਦਿਖਾ ਦਿੰਦੇ ਹਾਂਗੇ, ਬਿਲਕੁਲ ਨਵੀਂ ਕਾਰ ਹੈ ਜੀ, ਤਾਂ ਸੇਮ ਨੂੰ ਕਹੂੰਗਾ ਦਿਖਾਊਗਾ। ਸੀਟ ਕਵਰ ਦੇਖ ਰਿਹਾ, ਸੀਟ ਕਵਰ ਹੀ ਬੜੇ ਸੋਹਣੇ ਪਾਏ ਹੋਏ ਨੇ ਜੀ। ਦੇਖਣਾ ਬਾਈ ਜੀ, ਪੋਸ਼ਿੰਗ ਬਹੁਤ ਸੋਹਣੀ ਹੋਈ ਹੋਈ ਹੈ ਕਾਰ ਦੇ ਵਿੱਚ। ਮੈਨੂੰ ਲੱਗਦਾ ਲਗਭਗ 10,000 ਦੇ ਸੀਟ ਕਵਰ ਹੋਣਗੇ ਨਾ ਜੀ। ਹਾਂ, ਨਿਊ ਸੀਟ ਕਵਰ ਪਾਏ ਹੋਏ ਨੇ ਜੀ। ਲਓ ਜੀ, ਨਿਊ ਸੀਟ ਕਵਰ ਨੇ ਬਾਈ ਹੋਰਾਂ ਨੇ ਪਾਏ ਹੋਏ ਨੇ, ਤੇ ਵਿੱਚੋਂ ਸਟੀਰੀਓ ਮਿਲਦਾ। ਠੀਕ ਹੈ ਜੀ, ਤੁਹਾਨੂੰ ਮਿਊਜ਼ਿਕ ਸਿਸਟਮ ਵਗੈਰਾ ਓਕੇ ਸਾਰਾ, ਬਾਕੀ ਕੰਡੀਸ਼ਨ ਓਕੇ ਵੀਰੇ। ਇੱਕ ਵਾਰ ਆਪਾਂ ਬੋਨਟ ਵੀ ਖੋਲ ਕੇ ਦਿਖਾ ਦਈਏ। ਹਾਂਜੀ, ਬੋਨਟ ਖੋਲ ਕੇ ਚੈੱਕ ਕਰਾ ਦਈਏ, ਤਾਂ ਜੋ ਕਿਉਂਕਿ ਕਮੀ ਨਾ ਰਹੇ ਕਿਸੇ ਪਾਸੋਂ ਮਿੱਤਰਾਂ ਦੀ, ਵੀ ਕਿਤੇ ਐਂ ਨਾ ਕਹਦੇ ਬਾਈ ਜੀ ਵੀ ਇੱਥੇ ਕਮੀ ਰਹਿ ਗਈ। ਲਓ ਜੀ ਆਪਾਂ ਦਿਖਾਉਣਾ ਤੁਹਾਨੂੰ ਹੁਣ ਬੋਨਟ ਖੋਲ ਕੇ, ਤਰਸੇਮ ਨੂੰ ਆ ਜਾਓ ਇੱਧਰ ਨੂੰ। ਠੀਕ ਹੈ ਜੀ। ਲਓ ਜੀ ਦੇਖੋ, ਫੱਟੀ ਤੋਂ ਲੈ ਕੇ ਗੱਡੀ ਸੀਲਡ ਹੈ ਜੀ, ਬਿਲਕੁਲ। ਠੀਕ ਹੈ ਜੀ। ਲਓ ਜੀ ਦੋਸਤੋ, ਦੇਖ ਰਹੇ ਤੁਹਾਡੇ ਸਾਹਮਣੇ, ਠੀਕ ਹੈ ਜੀ, ਫਰੰਟ ਫੱਟੀ ਵਗੈਰਾ, ਅਤੇ ਬਾਕੀ ਓਵਰਆਲ ਕੰਡੀਸ਼ਨ ਦੇਖ ਰਹੇ ਇੰਜਨ ਦੀ, ਇਹ ਵੀ ਵਧੀਆ ਪਈ ਆ। ਅਤੇ ਆਹ ਦੇਖ ਰਹੇ ਆਪਾਂ ਸੀਲਿੰਗ ਵਗੈਰਾ ਜਿਹੜੀ ਆਪਾਂ ਕਹਿੰਦੇ ਨੇ, ਸਾਰੇ ਪੀਸ ਨਾਲ ਦੇ ਨੇ, ਸਾਰੀ ਸੀਲਿੰਗ ਨਾਲ ਦੀ ਆ। ਠੀਕ ਹੈ ਜੀ। ਬਾਕੀ ਪੈਟਰੋਲ ਦਾ ਇੰਜਨ ਆ, ਵਧੀਆ, ਕਿਸੇ ਨੇ ਘਰ ਰੱਖਣੀ ਹੋਵੇ, ਠੀਕ ਹੈ ਜੀ, ਪੈਟਰੋਲ ਦਾ ਇੰਜਨ ਵਧੀਆ ਉਹਦੇ ਵਾਸਤੇ, ਜਦੋਂ ਮਰਜ਼ੀ ਚਲਾਓ, ਸੈਲਫ ਮਾਰੋ। ਹਾਂਜੀ, ਤੇਲ ਪਾਈ ਤੇ ਚਲਾਉਣੀ ਹੈ ਜੀ, ਬਸ ਸਰਵਿਸ ਹੋਈ ਹੋਈ ਹੈ ਗੱਡੀ ਦੀ ਜੀ। ਸਰਵਿਸ ਵੀ ਹੋਈ ਹੋਈ ਹੈ? ਸਰਵਿਸ ਵੀ ਹੋਈ ਹੋਈ ਹੈ ਜੀ ਗੱਡੀ। ਇੰਸ਼ੋਰੈਂਸ ਵਗੈਰਾ? ਇੰਸ਼ੋਰੈਂਸ ਖਤਮ ਹੈ ਜੀ। ਇੰਸ਼ੋਰੈਂਸ ਖਤਮ ਹੈ? NOC ਅਵੇਲੇਬਲ ਹੈ ਜੀ ਬਰਨਾਲੇ ਦੀ। ਬਰਨਾਲੇ ਦੀ NOC ਹੈਗੀ? ਕਿੰਨੇ ਮੈਂ ਓਨਰ ਸੀ ਕਰ ਇਹ? ਦੂਸਰੇ ਓਨਰ ਹੈ ਜੀ, ਸੈਕਿੰਡ ਓਨਰ ਵੀਰੇ। ਹਾਂਜੀ। ਤੇ ਹੁਣ ਇਹਦਾ ਕੀ ਰੇਟ ਰਹੂਗਾ? ਇਹੋ ਜਿਹਾ ਰੇਟ ਦੇ ਦਿਓ ਬਸ, ਵੀ ਨੈਗੋਸ਼ੀਏਸ਼ਨ ਨਾ ਕਰਨਾ ਆਪਣੇ ਮਿੱਤਰ ਆ ਕੇ, ਪਾ ਦੇ ਧਮਾਕੇ ਜੀ ਗੱਡੀਆਂ ਦੇ। 1,10,000 ਰੁਪਏ ਦੇ ਦਾਂਗੇ ਜੀ। 1,10,000 ਚ? ਹਾਂਜੀ। ਲਓ ਜੀ 1,10,000 ਰੁਪਏ ਡਿਮਾਂਡ ਕਰੀ, ਉਹ ਤੋਂ ਵੀ ਛੋਟ ਕਰ ਦੋਗੇ? ਜਿਹੜਾ ਵੀਡੀਓ ਦੇਖ ਕੇ ਆਊਗਾ ਜੀ, ਉਹਦਾ ਮਾਨਦਾਨ ਕਰਾਂਗੇ ਜੀ। ਠੀਕ ਕਰਾਂਗੇ ਆਪਣੀ। ਮੈਨੂੰ ਲੱਗਦਾ ਉੱਥੇ ਤੱਕ ਗੱਲ ਬਣ ਜਾਣੀ ਜਿੱਥੇ ਤੱਕ ਤੁਸੀਂ ਸੋਚ ਰਹੇ ਹੋ। ਹਾਂਜੀ, ਹੈ ਨਾ ਜੀ। ਅਤੇ ਉਸ ਤੋਂ ਬਾਅਦ ਆ ਗਈ ਡਿਜ਼ਾਇਰ। ਡਿਜ਼ਾਇਰ ਦੀ ਡਿਟੇਲ ਆ ਜੀ, ਬਿਲਕੁਲ ਨਿਊ ਕਾਰ ਹੈ ਜੀ ਇਹ, ਮੈਂ ਦੇਖ ਹੀ ਰਿਹਾ ਜੀ, ਵੀ ਬਹੁਤ ਸਾਫ਼ ਕਾਰ ਹੈ। 70 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਜੀ। ਠੀਕ ਹੈ ਜੀ। ਸਾਰੀ ਗੱਡੀ ਸੀਲਡ ਹੈ ਜੀ, ਬਿਲਕੁਲ। ਓਕੇ। ਕੋਈ ਪੀਸ ਚੇਂਜ ਨਹੀਂ ਹੈਗਾ ਗੱਡੀ ਦਾ? ਅੱਛਾ, ਕੋਈ ਪੀਸ ਚੇਂਜ ਨਹੀਂ? ਕੋਈ ਪੀਸ ਚੇਂਜ ਨਹੀਂ, ਬਿਲਕੁਲ ਨਵੀਂ ਕਾਰ ਹੈ ਜੀ, ਸ਼ੀਸ਼ੇ ਨਾਲ ਦੇ। ਠੀਕ ਹੈ ਵੀਰੇ। ਲੋ ਜੀ ਫਰੰਟ ਫੱਟੀ ਨਾਲ ਦੀ ਜੀ। ਠੀਕ ਹੈ। ਕੋਈ ਐਕਸੀਡੈਂਟ ਨਹੀਂ? ਠੀਕ ਹੈ ਵੀਰੇ। ਲੋ ਜੀ ਤਰਸੇਮ ਦਿਖਾ ਰਿਹਾ ਤੁਹਾਨੂੰ, ਓਵਰਆਲ ਕੰਡੀਸ਼ਨ ਪੂਰੀ ਵਧੀਆ ਪਈ ਆ ਕਾਰ ਦੀ, ਤੇ ਪ੍ਰਾਈਵੇਟ ਨੰਬਰ ਦੀ ਕਾਰ ਹੈ ਨਾ ਜੀ। ਹਾਂਜੀ, ਕੋਈ ਐ ਨਹੀਂ ਹੈਗਾ ਵੀ ਕਈ ਵਾਰ ਕਮਰਸ਼ੀਅਲ ਦੀ ਹੁੰਦੀ ਕਾਰ, ਪ੍ਰਾਈਵੇਟ ਨੰਬਰ ਦੀ ਕਾਰ ਹੈ। ਪ੍ਰਾਈਵੇਟ ਨੰਬਰ ਹੈ ਜੀ। ਪੂਰੀ ਵਧੀਆ ਕਾਰ ਹੈ। ਤੇ ਕਿੰਨੇ ਮੇ ਓਨਰ ਹੈ ਵੀਰੇ ਇਹ?
ਇਹ ਫਸਟ ਓਨਰ ਹੈ ਜੀ ਪਹਿਲੇ ਓਨਰ ਫਸਟ ਓਨਰ ਤੇ ਮਾਡਲ 12 ਹਾਂਜੀ 12 ਮਾਡਲ ਹੈ ਜੀ ਮਾਡਲ 12 ਤੇ ਤਰਸੇਮ ਦਿਖਾ ਰਿਹਾ ਅੰਦਰੋਂ ਕੰਪਨੀ ਦਾ ਸਟੀਰੀਓ ਹੈਗਾ ਠੀਕ ਹੈ ਜੀ ਓਵਰਆਲ 4 ਪਾਵਰ ਵਿੰਡੋ ਵੀਡੀਏ ਵਾਲਾ ਸੀਟ ਕਵਰ ਨੇ ਜੀ ਵੀਡੀਏ ਵਾਲਾ ਵੇਰੀਐਂਟ ਹੈ ਜੀ ਹਾਂਜੀ ਵੀਡੀਏ ਜੀ ਡੀਜ਼ਲ ਡੀਜ਼ਲ ਲੋ ਜੀ ਡੀਜ਼ਲ ਦੀ ਕਾਰ ਹੈਗੀ ਤੇ ਬਾਕੀ ਵਧੀਆ ਜੇ ਕਿਸੇ ਨੇ ਘਰੇ ਰੱਖਣ ਵਾਸਤੇ ਲੈਣੀ ਕਾਰ ਦੇਖੋ ਜੀ ਬਿਲਕੁਲ ਨਿਊ ਕਾਰ ਹੈ ਡੱਗੇ ਡੁੱਗੇ ਦੇਖੋ ਜੀ ਗੱਡੀ ਦੀ ਬਿਲਕੁਲ ਨਵੀਂ ਗੱਡੀ ਹੈ ਜੀ ਬਿਲਕੁਲ ਨਵੀਂ ਕਾਰ ਜਿਹਨੂੰ ਨਵੀਂ ਕਾਰ ਕਹਿੰਦੇ ਨੇ ਨਾ ਉਹ ਕਾਰ ਹੈ ਜੀ ਬਿਲਕੁਲ ਲੋ ਜੀ ਦੇਖ ਰਹੇ ਆਪਾਂ ਦੇਖੋ ਜੀ ਸਟਿਪਣੀ ਵੀ ਗੱਡੀ ਦੀ ਵਧੀਆ ਪਈ ਹੈ ਬਿਲਕੁਲ ਕੋਈ ਰਸਤੇ ਨਹੀਂ ਕਿਸੇ ਪਾਸੇ ਨਹੀਂ ਕੁਛ ਨਹੀਂ ਜੀ ਕੋਈ ਜਰਬ ਨਹੀਂ ਮਿਲੂ ਜੀ ਗੱਡੀ ਦੇ ਵਿੱਚ ਠੀਕ ਹੈ ਕਾਗਜ਼ਾਂ ਦੀ ਪੱਕੀ ਹੈ ਲੋ ਭਾਈ ਜੀ ਨਿਊ ਬੀਮਾ ਜੀ ਅੱਛਾ ਬੀਮ ਬੀਮਾ ਨਵਾਂ ਕਰਵਾਇਆ ਜੀ ਆਪਾਂ ਨੇ ਹਜੇ 2 ਦਿਨ ਹੋਏ ਨੇ ਬੀਮਾ ਪ੍ਰਦੂਸ਼ਣ ਕਰੇ ਨੂੰ ਅੱਛਾ ਬੀਮਾ ਬਿਲਕੁਲ ਨਿਊ ਹੈ ਜੀ ਹਾਂਜੀ ਲੋ ਜੀ ਬੀਮਾ ਬਿਲਕੁਲ ਨਿਊ ਸਿੰਗਲ ਓਨਰ ਹੈ ਜੀ ਬਿਲਕੁਲ ਨਵੀਂ ਕਾਰ ਹੈ ਡੱਗੀ ਦੀ ਕੰਡੀਸ਼ਨ ਦੇਖੋ ਬਿਲਕੁਲ ਨਵੀਂ ਹੈ ਹੁਣ ਆਪਾਂ ਇਹਦਾ ਬੋਨਟ ਖੋਲ ਦਈਏ ਆ ਜੋ ਹਾਂਜੀ ਬੋਨਟ ਖੋਲ ਕੇ ਦਿਖਾ ਦਈਏ ਵੀ ਇਹਦੀ ਕੀ ਕੰਡੀਸ਼ਨ ਹੈ ਤਰਸੇਮ ਨੂੰ ਕਹੂੰਗਾ ਆ ਜੂਗਾ ਬਿਲਕੁਲ ਸੀਲਡ ਕਾਰ ਹੈ ਜੀ ਲੋ ਜੀ ਦੋਸਤੋ ਦੇਖ ਰਾਂਗੇ ਆਪਾਂ ਇੰਜਣ ਬੈਟਰੀ ਮੈਨੂੰ ਲੱਗਦਾ ਨਵੀਂ ਹੈ ਨਾ ਜੀ ਬੈਟਰੀ ਨਵੀਂ ਹੈ ਜੀ ਗੱਡੀ ਸਾਰੀ ਨਵੀਂ ਹੈ ਜੀ ਇਕੱਲੀ ਬੈਟਰੀ ਕੀ ਠੀਕ ਹੈ ਜੀ ਸਾਰੀ ਕਾਰ ਹੀ ਨਵੀਂ ਹੈ ਪੂਰੀ ਕਾਰ ਨਵੀਂ ਹੈ ਮਤਲਬ ਦੇਖ ਕੇ ਲਾ ਵੀ ਫੁੱਲ ਬੈਟਰੀ ਤਾਂ ਜਿਵੇਂ ਹੁਣੀ ਭਰਾਈ ਹੁੰਦੀ ਹੈਗੀ ਬਾਕੀ ਕੰਡੀਸ਼ਨ ਦੇਖ ਰਾਂ ਓਵਰਆਲ ਸ਼ੋਰੂਮ ਕੰਡੀਸ਼ਨ ਆ ਵਧੀਆ ਕਾਰ ਆ ਗਈ ਐਪਰਨ ਵਗੈਰਾ ਦੇਖ ਰਾਂ ਆਪਾਂ ਠੀਕ ਹੈ ਜੀ ਇਹ ਵੀ ਓਕੇ ਨੇ ਕਿਸੇ ਆਪਣੀ ਕਾਰ ਦੇ ਵਿੱਚ ਕੋਈ ਏਸੀ ਹੀਟਰ ਕੋਈ ਵੀ ਕੰਮ ਨਹੀਂ ਮਿਲੂ ਇੱਕ ਵੀ ਰੁਪਏ ਦਾ ਜੀ ਠੀਕ ਹੈ ਜੀ ਹਾਂ ਕੰਮ ਬਿਲਕੁਲ ਓਕੇ ਮਿਲਣਗੇ ਨਵੀਂ ਕਾਰ ਹੈ ਬਿਲਕੁਲ ਨਵੀਂ ਕੰਡੀਸ਼ਨ ਇੰਜਨ ਦੀ ਵੀ ਠੀਕ ਹੈ ਕਾਰ ਦੀ ਵੀ ਕੰਡੀਸ਼ਨ ਨਵੀਂ ਹੈ ਬਿਲਕੁਲ ਜੀ ਲੋ ਜੀ ਦੋਸਤੋ ਇਸ ਪੱਖੋਂ ਬਾਈ ਦੀ ਕਹਿੰਦਾ ਬਾਈ ਗਰੰਟੀ ਹੈ ਵੀ ਜਿਹੜਾ ਕੰਮ ਤੁਹਾਨੂੰ ਕਹੇਤਾ ਉਹ ਓਕੇ ਹੋਊਗਾ ਕਿਸੇ ਪਾਸੋਂ ਕਮੀ ਨਹੀਂ ਹੋਊਗੀ ਹੈ ਨਾ ਵੀਰੇ ਹਾਂਜੀ 2012 ਮਾਡਲ ਹੈ ਜੀ ਵੀਡੀਆਈ ਮਾਡਲ ਹੈ ਜੀ ਠੀਕ ਹੈ ਜੀ ਸਵਿਫਟ ਡਿਜ਼ਾਇਰ ਅਤੇ ਇਹਦਾ ਪ੍ਰਾਈਜ ਹੈ ਜੀ 2,75,000 ਰੁਪਏ ਦੀ ਗੱਡੀ ਦੇਣੀ ਹੈ ਜੀ ਆਪਾਂ ਨੇ ਠੀਕ ਹੈ ਜੀ 2,75,000 ਰੁਪਏ ਦੀ ਦੇਣੀ ਹੈ ਜੀ ਐਨਓਸੀ ਨਾਲ ਐਨਓਸੀ ਨਾਲ ਲਓ ਜੀ 2,75,000 ਵਿਦ ਐਨਓਸੀ ਠੀਕ ਹੈ ਜੀ ਹਾਂਜੀ ਸਵਿਫਟ ਡਿਜ਼ਾਇਰ ਬਾਕੀ ਜਿਸ ਤਰੀਕੇ ਦੀ ਕੰਡੀਸ਼ਨ ਹੈਗੀ ਓਵਰਆਲ ਵਧੀਆ ਫੁੱਲ ਹੈ ਠੀਕ ਹੈ ਜੀ ਬਾਕੀ ਟਚਿੰਗ ਫਚਿੰਗ ਮਾੜੀ ਮੋਟੀ ਬੰਪਰ ਵਗੈਰਾ ਤਾਂ ਹੋਣਗੇ ਹਾਂਜੀ ਹਾਂਜੀ ਨੋਰਮਲ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਏਜੰਸੀ ਰਿਕਾਰਡ ਹੈ ਏਜੰਸੀ 'ਚੋਂ ਜੋ ਕੁਛ ਹੋਏਗਾ ਅਤੇ ਚੱਲੀ ਕਿੰਨੀ ਕੁ ਹੋਊਗੀ ਇਹ ਚੱਲੀ ਹੋਈ ਹੈ ਜੀ ਇਹ 72,000 72,000 ਹੈ ਜੀ ਹਾਂਜੀ ਉਸ ਤੋਂ ਬਾਅਦ ਆ ਗਈ ਸਵਿਫਟ ਸਵਿਫਟ ਦੀ ਮੰਗ ਬਹੁਤ ਹੈ ਜੀ ਹਾਂਜੀ ਤੁਹਾਡੇ ਲਈ ਉਹ ਕਾਰਾਂ ਨੇ ਦੇਖੋ ਜਿਵੇਂ ਕੋਈ 1,00,000 ਰੁਪਏ ਦੀ ਰੇਂਜ 'ਚ ਹੈਗੀ ਉਹ ਵੀ ਹੈਗੀ ਆਪਣੇ ਲਵੇ ਡਿਜ਼ਾਇਰ ਚਾਹੀਦੀ ਹੈਗੀ ਉਹ ਵੀ ਹੈਗੀ ਆ ਸਵਿਫਟ ਚਾਹੀਦੀ ਉਹ ਵੀ i20 ਦੀ ਮੰਗ ਵੀ ਬਹੁਤ ਹੈ i20 ਵੀ ਹੈਗੀ ਠੀਕ ਹੈ ਜੀ ਇਹ ਕਾਰ ਵੀ ਇਹਦੀ ਕੀ ਡਿਟੇਲ ਹੈ ਸਵਿਫਟ ਦੀ ਇਹ 13 ਮਾਡਲ ਹੈ ਜੀ ਠੀਕ ਹੈ ਜੀ 2013 ਮਾਡਲ ਵੀਡੀਆਈ ਹੈ ਠੀਕ ਹੈ ਵੀਰੇ ਠੀਕ ਹੈ ਜੀ 4 ਟਾਇਰ ਨਵੇਂ ਨੇ ਜੀ ਗੱਡੀ ਦੇ 4 ਹੀ ਬੈਟਰੀ ਨਵੀਂ ਹੈ ਜੀ ਗੱਡੀ ਦੀ ਠੀਕ ਹੈ ਜੀ ਬੀਮਾ ਨਵਾਂ ਹੈ ਜੀ ਓਕੇ ਸੀਟ ਕਵਰ ਨਵੇਂ ਨੇ ਜੀ ਤੇ ਮੰਨ ਲਓ ਵੀ ਗੱਡੀ ਪੂਰੀ ਨਵੀਂ ਹੈ ਜੀ ਗੱਡੀ ਉਹ ਨਵੀਂ ਬਿਲਕੁਲ ਹੀ ਨਵੀਂ ਹੈ ਗੱਡੀ ਉਹ ਨਵੀਂ ਹੈ ਜੀ ਹਾਂ ਹਾਂਜੀ 15 ਦਿਨ ਹੋਏ ਨੇ ਸਾਰਾ ਸਿਸਟਮ ਆਪਾਂ ਨੂੰ ਕਰਾਏ ਨੂੰ ਸੀਟ ਕਵਰ ਟਾਇਰ ਬੀਮਾ ਬੈਟਰੀ ਠੀਕ ਹੈ ਜੀ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਕਾਰ ਹੈ ਜੀ ਓਕੇ ਇਹ ਵੀ ਵੀਡੀਆਈ ਵਾਲਾ ਵੇਰੀਐਂਟ ਹੈ ਜੀ ਵੀਡੀਆਈ ਹੈ ਜੀ ਬੈਕ ਕੈਮਰਾ ਲੱਗਿਆ ਦੇਖੋ ਦੋਸਤੋ ਇੱਕ ਵਾਰ ਆਪਾਂ ਅੰਦਰੋਂ ਵੀ ਦਿਖਾਉਣਾ ਤੇ ਸੇਵ ਨੂੰ ਕਹਿਣਾ ਕਿ ਆਜੂਗਾ ਦਿਖਾਊਗਾ ਅੰਦਰੋਂ ਕਾਰ ਦੀ ਕੰਡੀਸ਼ਨ ਸੀਟ ਕਵਰ ਵਗੈਰਾ ਬਿਲਕੁਲ ਨਵੇਂ 4 ਪਾਵਰ ਵਿੰਡੋ ਠੀਕ ਹੈ ਟੱਚ ਸਕਰੀਨ ਸਿਸਟਮ ਇਹਦੇ ਵਿੱਚ ਲੱਗਿਆ ਹੈ ਬੈਕ ਕੈਮਰਾ ਜੀ ਬੈਕ ਕੈਮਰਾ ਬਾਕੀ ਓਵਰਆਲ ਕੰਡੀਸ਼ਨ ਦੇਖਣਾ ਪੂਰੀ ਵਧੀਆ ਚੱਲੀ ਕਿੰਨੀ ਕੋਈ ਵੀਰੇ ਚੱਲੀ ਹੋਈ ਹੈ ਤਕਰੀਬਨ ਇਹ ਜੀ 83,000 ਦੇ ਲਗਭਗ ਚੱਲੀ ਹੋਈ 83,000 ਚੱਲੀ ਹੋਈ ਹੈ ਹਾਂਜੀ ਲੋ ਜੀ ਦੋਸਤੋ 83,000 ਕਿਲੋਮੀਟਰ ਕਾਰ ਚੱਲੀ ਹੋਈ ਹੈ ਕੋਈ ਗਲਾਵਟ ਨਹੀਂ ਕੋਈ ਜਰਾਵਟ ਨਹੀਂ ਠੀਕ ਹੈ ਜੀ ਬਿਲਕੁਲ ਨਿਊ ਕੰਡੀਸ਼ਨ ਦੇ ਵਿੱਚ ਕਾਰ ਹੈ ਜੀ ਲੋ ਜੀ ਦੇਖੋ ਇਹਦਾ ਵੀ ਆਪਾਂ ਬੋਨਟ ਖੋਲ ਕੇ ਤੁਹਾਨੂੰ ਦਿਖਾ ਕਾਰ ਦੇ ਵਿੱਚ 1 ਰੁਪਏ ਦਾ ਕੰਮ ਨਹੀਂ ਮਿਲੂਗਾ ਠੀਕ ਹੈ ਜੀ ਲੋ ਜੀ ਦੇਖ ਰਿਹਾ ਆਪਾਂ ਕੰਡੀਸ਼ਨ ਠੀਕ ਹੈ ਜੀ ਓਵਰਆਲ ਪੂਰੀ ਵਧੀਆ ਪਈ ਹੈਗੀ ਇਹਦੀ ਵੀ ਬੈਟਰੀ ਓਕੇ ਹੈਗੀ ਹਾਂਜੀ ਠੀਕ ਹੈ ਜੀ ਦੋਸਤੋ ਇਹ ਦੇਖ ਰਿਹਾ ਤੁਹਾਡੇ ਸਾਹਮਣੇ ਕਾਰ ਹੈ ਇਹ ਕਿੰਨਵੇਂ ਓਨਰ ਕਾਰ ਹੈ ਵੀਰੇ ਇਹ 3rd ਓਨਰ ਹੈ ਜੀ 3rd ਓਨਰ ਹੈ ਜੀ ਹਾਂਜੀ ਠੀਕ ਹੈ ਜੀ 3rd ਓਨਰ ਹੈ ਜੀ 13 ਮਾਡਲ ਹੈ ਜੀ ਵੀਡੀਆਈ ਮਾਡਲ ਹੈ ਜੀ ਠੀਕ ਹੈ ਵੀਰੇ ਇਹ ਆਪਾਂ ਦਵਾਂਗੇ ਐਨਓਸੀ ਨਾਲ 2,70,000 ਰੁਪਏ ਦੀ 2,70,000 ਰੁਪਏ 'ਚ 13 ਮਾਡਲ ਹਾਂਜੀ ਠੀਕ ਹੈ ਜੀ ਬਾਕੀ ਬਾਕੀ ਜਿਹੜਾ ਵੀਡੀਓ ਦੇਖ ਕੇ ਆਊਗਾ ਤਾਂ ਮਾਨ ਵੀ ਕਰਾਂਗੇ 2,70,000 ਦੇ ਵਿੱਚੋਂ ਉਹਦਾ ਮਾਨ ਵੀ ਕਰਾਂਗੇ ਬਾਕੀ ਕਈ ਵਾਰ ਆਇਆ ਹੋ ਜਾਂਦਾ ਵੀਰੇ ਜਿਵੇਂ 3rd ਓਨਰ ਕਾਰ ਹੈਗੀ ਹਾਂਜੀ ਕਿ ਐਂ ਤਾਂ ਨਹੀਂ ਗਿਆ ਵੀ ਚਲਾਵੇ 'ਚ ਕੋਈ ਕਮੀ ਹੋਊਗੀ 1% ਦੀ ਵੀ ਕਮੀ ਹੋਵੇ ਜੀ ਕਾਰ ਮੇਰੇ ਘਰੇ ਖੜਾ ਦੇਣਾ ਠੀਕ ਹੈ ਜੀ ਠੀਕ ਹੈ ਜੀ ਓਕੇ ਬਾਬੀ ਮੇਰੇ ਕਿਉਂਕਿ ਮਾਈਂਡ 'ਚ ਹੁੰਦਾ ਕਈ ਵਾਰ ਨਾ ਕੋਈ ਕਮੀ ਨਹੀਂ ਮਿਲਦੀ ਮਤਲਬ ਵੀ ਚਲਾਵਾ ਵਧੀਆ ਹੋਵੇ ਬਸ ਠੀਕ ਹੈ ਜੀ ਬਿਲਕੁਲ ਨਵੀਂ ਕਾਰ ਮਿਲੂਗੀ ਜੀ ਕੰਡੀਸ਼ਨ ਦੇ ਵਿੱਚ ਠੀਕ ਹੈ ਜੀ ਕੋਈ ਅੰਦਰ ਤਾਂ ਇਹੋ ਜਿਹੇ ਪੈਣ ਜਿਹੜੇ ਜੀ ਨਾ ਖੜਾ ਕੇ ਰੱਖਦੇ ਨੇ ਗੱਡੀਆਂ ਨੂੰ ਹਾਂਜੀ ਹਾਂ ਲਓ ਜੀ ਉਸ ਤੋਂ ਬਾਅਦ ਆ ਗਈ i20 ਆਪਣੇ ਬਲੌਗ ਦੀ ਲਾਸਟ ਕਾਰ ਆ ਚੌਥੀ ਕਾਰ ਆਪਾਂ ਗੱਲ ਕਰੀਏ ਤਿੰਨੇ ਜਿਹੜੀ ਆਪਾਂ ਕਾਰ ਤੇ ਤਿੰਨੇ ਤੋਹਫੇ ਕਾਰਾਂ ਨੇ ਇਹੋ ਜੀ ਗੱਲ ਚੌਥੀ ਆ ਗਈ ਚੌਥੀ ਆ ਗਈ ਮਹਾ ਤੋਹਫਾ ਇਹ ਮਹਾ ਤੋਹਫਾ ਜੀ ਆਲ ਓਰੀਜਨਲ ਕਾਰ ਹੈ ਜੀ ਇਹ ਠੀਕ ਹੈ ਜੀ ਆਲ ਓਰੀਜਨਲ ਕਾਰ ਆ ਹਾਂਜੀ ਹਾਂ ਚੌੜੇ ਟਾਇਰ ਲੱਗੇ ਨੇ ਜੀ ਗੱਡੀ ਦੇ ਠੀਕ ਹੈ ਲੈ ਤਰਸੇਮ ਨੂੰ ਕਹੂੰਗਾ ਦਿਖਾਊਗਾ ਲਾਏ ਵੀਲ ਲੱਗੇ ਨੇ ਚੌੜੇ ਟਾਇਰ ਨੇ ਠੀਕ ਹੈ ਜਿਹੜੇ ਮਿੱਤਰ ਮੰਗਦੇ ਨੇ ਵੀ ਸਾਨੂੰ ਸਪੋਰਟਸ ਲੁੱਕ ਦੀ ਕਾਰ ਚਾਹੀਦੀ ਹੈਗੀ i20 ਚਾਹੀਦੀ ਹੈਗੀ ਉਹ ਵਾਲੀ ਕਾਰ
ਕੰਡੀਸ਼ਨ ਓਵਰਆਲ ਪੂਰੀ ਵਧੀਆ ਪਈ ਹੈ, ਕਿਸੇ ਪਾਸੋਂ ਕੋਈ ਦਿੱਕਤ ਨਹੀਂ, ਆਲ ਓਰੀਜਨਲ ਕਾਰ, ਆਲ ਓਰੀਜਨਲ ਕਾਰ ਹੈਗੀ, ਠੀਕ ਹੈ ਜੀ, ਕੋਈ ਗਿਲਾਵਟ ਨਹੀਂ, ਕੁਛ ਨਹੀਂ ਹੈਗਾ, ਠੀਕ ਹੈ ਜੀ, ਤੇ ਐਂਡਰਾਇਡ ਸਿਸਟਮ ਲੱਗਿਆ ਹੋਇਆ ਜੀ, ਐਂਪ ਵਗੈਰਾ, ਠੀਕ ਹੈ ਜੀ, ਐਂਪ ਵਗੈਰਾ ਇੱਕ ਵਾਰ ਦਿਖਾ ਦਈਏ ਆਪਾਂ, ਸਾਰਾ ਕੁਛ ਲੱਗਿਆ ਹੋਇਆ ਜੀ, ਹਾਂ ਚੈੱਕ ਕਰਾਓ ਜੀ, ਇੱਕ ਵਾਰ ਆਪਾਂ ਦਿਖਾਵਾਂਗੇ ਇਹਨੂੰ ਅੰਦਰੋਂ, ਦੇਖੋ ਅੰਦਰੋਂ ਤਾਂ ਜਮੀ ਆਪਾਂ ਜਿਵੇਂ ਗੱਲ ਕਰੀਏ ਚਿੱਟੀ ਚਿੱਟੀ ਪਈ ਹੈ, ਬਗਲੇ ਵਰਗੀ ਪਈ ਅੰਦਰੋਂ ਤਾਂ ਹੈ ਵੀਰੇ, ਤੋਹਫਾ ਜੀ, ਤੋਹਫਾ ਹੈਗੀ, ਹਾਂਜੀ, ਬਹੁਤ ਤੋਹਫਾ ਹੈ ਜੀ, ਵਾਸ਼ਿੰਗ ਬਹੁਤ ਸੋਹਣੀ ਹੈ, ਤੋਹਫਾ ਹੀ ਹੈ ਮੇਰੇ ਹਿਸਾਬ ਨਾਲ, ਸਹੀ ਗੱਲ ਹੈ ਜਿਵੇਂ ਤੁਸੀਂ ਕਹਿ ਰਹੇ ਤੋਹਫਾ, ਬਾਕੀ ਐਂਡਰਾਇਡ ਸਿਸਟਮ ਇਹਦੇ ਵਿੱਚ ਲੱਗਿਆ ਹੈ ਵੀ ਵਧੀਆ ਲੱਗ ਰਿਹਾ, ਏਜੰਸੀ ਰਿਕਾਰਡ 77,000 ਚੱਲੀ ਹੈ ਜੀ ਕਾਰ, ਅੱਛਾ ਜੀ, ਹਾਂ ਸਿੰਗਲ ਓਨਰ ਆਏਗੀ, ਅੱਛਾ ਫਸਟ ਓਨਰ ਕਾਰ ਹੈ, ਹਾਂਜੀ, ਲਓ ਜੀ ਇਹ ਵੀ ਬਹੁਤ ਵਧੀਆ, ਦੇਖੋ ਵਾਸ਼ਿੰਗ ਵਗੈਰਾ ਪੂਰੀ ਵਧੀਆ ਹੈਗੀ, ਆਪਾਂ ਦਿਖਾਉਣਾ ਤੁਹਾਨੂੰ ਫਰੰਟ ਦਾ, ਠੀਕ ਹੈ ਜੀ, ਡਿੱਗੀ ਆਪਾਂ ਦਿਖਾਉਣਾ ਤੁਹਾਨੂੰ ਬਾਅਦ 'ਚੋਂ, ਅਤੇ ਬਾਈ ਨੇ ਪਹਿਲਾਂ ਖੋਲ੍ਹਤਾ ਸੀਗਾ, ਅਤੇ ਦੇਖੋ ਫਰੰਟ ਸਾਹਮਣੇ, ਤੁਹਾਡੇ ਸਾਹਮਣੇ ਇੰਜਣ ਹੈ, ਓਵਰਆਲ ਕੰਡੀਸ਼ਨ ਪੂਰੀ ਵਧੀਆ ਪਈ ਹੈਗੀ, ਦਿੱਕਤ ਕੋਈ ਨਹੀਂ ਕਿਸੇ ਪਾਸੋਂ, ਨਿਊ ਕੰਡੀਸ਼ਨ ਮਿਲੂਗੀ ਜੀ ਕਾਰ, ਕੰਡੀਸ਼ਨ ਬਿਲਕੁਲ ਨਵੀਂ, ਹਾਂਜੀ, ਅਤੇ ਬਾਕੀ ਗੱਲ ਕਰੀਏ ਵੀਰੇ ਸਰਵਿਸ ਵਗੈਰਾ ਦੀ, ਇਹਦੀ ਸਰਵਿਸ ਹੋਈ ਹੋਈ ਹੈ ਜੀ, ਠੀਕ ਹੈ ਜੀ, ਬੀਮਾ ਪ੍ਰਦੂਸ਼ਣ ਪਿਆ ਗੱਡੀ ਦਾ, ਓਕੇ, ਇੱਕ ਵੀ ਰੁਪਈਆ ਨਹੀਂ ਲਾਉਣਾ ਜੀ, ਇੱਕ ਤੇਲ ਪਾ ਕੇ ਚਲਾਉਣੀ ਹੈ ਸਿਰਫ, ਠੀਕ ਹੈ ਜੀ, ਹਾਂਜੀ, ਕੋਈ ਕੰਮ ਨਹੀਂ ਗੱਡੀ ਦੇ ਵਿੱਚ, ਇੱਕ ਵੀ ਰੁਪਏ ਦਾ ਕੰਮ ਨਹੀਂ, ਕੋਈ ਖੜਕਾ ਨਹੀਂ, ਕੋਈ ਆਵਾਜ਼ ਨਹੀਂ, ਠੀਕ ਹੈ ਜੀ, ਹਾਂਜੀ, ਲਓ ਜੀ ਦੋਸਤੋ, ਕੋਈ ਦਿੱਕਤ ਨਹੀਂ ਬਾਈ ਕਹਿੰਦਾ ਕਾਰ ਦੇ ਵਿੱਚ, ਠੀਕ ਹੈ ਜੀ, ਓਕੇ ਦੀ ਕੰਡੀਸ਼ਨ ਹੈਗੀ, ਲਓ ਜੀ ਦੋਸਤੋ ਇਹ ਦੇਖੀ ਤੁਹਾਨੇ, ਠੀਕ ਹੈ ਜੀ, ਇੰਜਣ ਇਹਦਾ ਕਾਰ ਦਾ ਓਵਰਆਲ ਵਧੀਆ ਪੂਰੀ, ਅਤੇ ਹੁਣ ਮਾਡਲ ਕਿੰਨਾ ਸੀ, ਮਾਡਲ ਦੱਸ ਦੋਗੇ ਇਹਦਾ, 2012 ਮਾਡਲ ਹੈ ਜੀ, 12 ਮਾਡਲ ਹੈ, ਹਾਂਜੀ, ਲਓ ਜੀ 12 ਮਾਡਲ ਹੈ, ਕੰਡੀਸ਼ਨ ਤੁਹਾਡੇ ਸਾਹਮਣੇ ਹੈ, ਮੈਗਨਾ ਹੈਗੀ, ਫਸਟ ਓਨਰ ਕਾਰ ਹੈਗੀ, ਲਾਈਟਾਂ ਬਿਲਕੁਲ ਬ੍ਰਾਂਡ ਨਿਊ ਨੇ, ਟਾਇਰ ਵਗੈਰਾ ਵਧੀਆ ਨੇ, ਕਿਸੇ ਪਾਸੋਂ ਕੋਈ ਦਿੱਕਤ ਨਹੀਂ, ਪੂਰੀ ਆਪਾਂ ਗੱਲ ਕਰਦੇ ਹਾਂ ਫੁਕਰੀ ਕਾਰ ਹੈ, ਹਾਂਜੀ, ਵੀ ਏ ਟੂ ਜੈਡ ਜਿਹੜੀ ਆਪਾਂ ਕਹਿੰਦੇ ਬੰਦਾ ਗੇੜੇ ਰੌਂਡੀ ਸ਼ੌਂਡੀ ਲਾਉਣ ਵਾਸਤੇ ਹੁੰਦੀ ਹੈਗੀ, ਹਾਂਜੀ, ਉਹ ਸਾਰਾ ਕੁਛ ਇਹਦੇ ਵਿੱਚ ਹੈਗਾ, ਐਂਪ ਉਂਪ ਸਾਰਾ, ਐਂਪ ਵਗੈਰਾ ਸਾਰਾ ਕੁਛ ਹੈ, ਅਤੇ ਹੁਣ ਬਾਈ ਜੀ ਇਹਦਾ ਰੇਟ ਜਿਹੜਾ ਇਹੋ ਜਿਹਾ ਦੇ ਦਿਓ ਬਸ, ਵੀ ਲੈ ਜੇ ਜਿਹੜਾ ਬੰਦਾ ਚੱਕ ਕੇ ਲੈ ਜੇ, ਬਸ 2012 ਮਾਡਲ ਹੈ ਜੀ, ਹਾਂਜੀ, ਬਿਲਕੁਲ ਨਵ ਕੰਡੀਸ਼ਨ ਦੇ ਵਿੱਚ ਗੱਡੀ ਹੈ, ਆਲ ਓਰੀਜਨਲ ਹੈਗੀ, ਠੀਕ ਹੈ ਜੀ, ਕਾਰ ਦੇ ਦਾਂਗੇ ਆਪਾਂ 260,000 ਰੁਪਏ ਦੀ ਜੀ, 260,000 'ਚ 12 ਮਾਡਲ, ਹਾਂਜੀ, ਲਓ ਜੀ 260,000 12 ਮਾਡਲ, ਠੀਕ ਹੈ ਜੀ, ਫਸਟ ਓਨਰ ਕਾਰ ਹੈਗੀ, ਕੰਡੀਸ਼ਨ ਓਵਰਆਲ ਪੂਰੀ ਵਧੀਆ ਪਈ ਹੈ, ਕਿਸੇ ਪਾਸੇ ਐਨਓਸੀ ਨਾਲ ਜੀ, ਕੋਈ ਕੁਛ ਵੀ ਨਹੀਂ ਕਰਾਉਣਾ ਉਰੇ, ਜਿਹੜਾ ਕਹੋ ਵੀਡੀਓ ਸੁਣ ਕੇ ਆਇਆ ਮੈਂ, ਠੀਕ ਹੈ ਜੀ, ਵੀਡੀਓ ਦੇਖ ਕੇ ਆਇਆਂਗਾ, ਉਹਦਾ ਮਾਨ ਵੀ ਹੋਊਗਾ 5,000 ਰੁਪਏ ਦਾ ਜੀ, ਲਓ ਜੀ 5,000 ਮਾਨ ਹੋਣਾ, ਹਾਂ ਇਹ ਵਿੱਚ 5,000 ਰੁਪਏ ਦਾ ਮਾਨ ਹੋਊਗਾ ਜੀ, ਠੀਕ ਹੈ ਜੀ, ਹਾਂਜੀ, ਲਓ ਜੀ ਬਹੁਤ ਵਧੀਆ ਬਾਈ ਜੀ, ਠੀਕ ਹੈ ਜੀ, ਇਹ ਸੀ ਅੱਜ ਦੀ ਵੀਡੀਓ, ਅਤੇ ਨੰਬਰ ਨੀਚੇ ਚੱਲ ਰਹੇ ਨੇ, ਅਗਰ ਕਿਸੇ ਮਿੱਤਰ ਨੂੰ ਕੋਈ ਵੀ ਇਹਨਾਂ 'ਚ ਕਾਰ ਪਸੰਦ ਆ ਗਈ, ਮੇਰੇ ਤਾਂ ਚਾਰੇ ਕਾਰਾਂ ਪਸੰਦ ਆ ਗਈਆਂ, ਠੀਕ ਹੈ ਜੀ, ਬਟ ਆਪਣੇ ਲਵੇ ਹੈਗੀ ਆਲਰੇਡੀ, ਬਟ ਜੇ ਕੋਈ ਆਪਣੇ ਲਵੇ ਨਾ ਹੁੰਦੀ ਤਾਂ ਆਪਾਂ ਜ਼ਰੂਰ ਲੈ ਲੈਂਦੇ ਕੋਈ ਨਾ ਕੋਈ ਕਾਰ, ਵਧੀਆ ਕਾਰਾਂ ਨੇ, ਅਗਰ ਕਿਸੇ ਮਿੱਤਰ ਨੂੰ ਕੋਈ ਵੀ ਕਾਰ ਚਾਹੀਦੀ ਹੈਗੀ ਤਾਂ ਤੁਸੀਂ ਬਾਈ ਨਾਲ ਵਿਜਿਟ ਉਰੇ ਬਾਈ ਕੋਲ ਵਿਜਿਟ ਕਰ ਸਕਦੇ ਹੋ, ਕੋਈ ਵੀ ਕਾਰ ਪਰਚੇਜ ਕਰ ਸਕਦੇ ਹੋ, ਠੀਕ ਹੈ ਜੀ, ਮਿਲਾਂਗੇ ਅਗਲੀ ਵੀਡੀਓ 'ਚ, ਜਦੋਂ ਇਹ ਕਾਰਾਂ ਦਾ ਸਟਾਕ ਚਲਾ ਗਿਆ, ਨਵੀਆਂ ਕਾਰਾਂ ਆ ਗਈਆਂ, ਫਿਰ ਬਾਈ ਨਾਲ ਗੱਲਬਾਤ ਕਰਾਂਗੇ, ਠੀਕ ਹੈ ਵੀਰੇ, ਓਕੇ ਵੀਰੇ, ਚੱਲੀਏ ਜੀ, ਹਾਂ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।